क्रीम लंबा खूबसूरती दा राज की है ब्लॉग शुरू टाइम ते कहता मैं कदी उन्हें ब्लॉग शुरू कर लो किदा फे किथे चले बस की आई पे मुंह ते देख मुंह के ऊपर टे पे किथे चले आज फे करीमा करमा ला के तेनु पता ही है किधर नहीं चाहिए होंदा कोई करी मारनी सारे घर जवाई कुत्ता भैन करे भाई भाई राजा उम्मीद करती हैं तुम सारे जने बहुत वधिया होवोगे ते परा हो जाओ माड़ा आ परा हो जा अज असीं चले आ पहली बार नवी गड्डी लेके महकदीप दे सोहरे हाँ क्योंकि जोर दे सोहरे हजे लोहड़ी नूं जावांगे हाँ। फिर नहीं 10 दिनां नूं फिर जाना पैणा सी इस करके असीं जावांगे 12 तरीक नूं क्योंकि 13 दी लोहड़ी आ ते अज असीं चले आ मंडी नूं क्योंकि गड्डी लई आ तां करके फिर डैडी हुणां नूं गड्डी दिखाउणी आ ते नाले मठियाई दा डब्बा लै के जाणा आ ਹੋਰ ਸਾਰਿਆਂ ਦੇ ਲਾਂਬੇ ਜਿਹੇ ਲਾ ਦੀ ਮੁੜ ਕੇ ਨਹੀਂ ਅਗਲੇ ਐਂ ਕਹੀ ਜਾਣਗੇ ਪਾਰਟੀ ਦਿੱਤੀ ਸੋ ਮੇਰੀ ਨਵੀਂ ਜੈਕਟ ਚੱਲਣ ਤੇ ਮੌਲ ਤੋਂ ਜਿਹੜੀ ਲਈ ਆ ਪੂਰੇ 700 ਰੁਪਏ ਦੀ ਮਸਾਂ ਲਈ ਆ ਮਸਾਂ ਇੰਨੇ ਨਖਰੇ ਮਾਰੇ ਨਹੀਂ ਲੈਣੀ ਫਿਰ ਜਦੋਂ ਮੈਂ ਥੋੜੀ ਜਿਹੀ ਕਰੜੀ ਜਿਹੀ ਹੋਈ ਆ ਨਾ ਫਿਰ ਜਾ ਕੇ ਲਈ ਹਨਾ ਨਹੀਂ ਪਰ 700 ਦੇ ਹਿਸਾਬ ਨਾਲ ਤਾਂ ਜੈਕਟ ਬਹੁਤ ਸਹੀ ਇਹ ਉੱਦਾਂ ਜੇ ਆਪਾਂ ਬਾਹਰੋਂ ਕਿਤੇ ਹੋਰ ਲੈਣੇ 1500 ਇੰਨੇ ਦੀ ਦੇਣੀ ਸੀ 2000-1500 ਦੀ ਉੱਥੇ ਦੇਖੀਆਂ ਹੀ ਸੀ ਕਿਹਦੀ ਪੁੱਛ ਤੇ ਦੱਸੋ ਮੈਂ ਕਿੱਦਾਂ ਲੱਗਦਾ ਜੇ ਮੈਂ ਦੱਸਦੀ ਆ ਸਾਰੇ ਮੈਂ ਦੱਸਦੀ ਨਹੀਂ ਮੈਂ ਪੁੱਛਦੀ ਆ ਸਾਰੇ ਜਣੇ ਕਮੈਂਟ ਕਰਕੇ ਦੱਸੋ ਮਹਿਕਦੀਪ ਕਿੱਦਾਂ ਦਾ ਲੱਗ ਰਿਹਾ ਬੜੀ ਗੱਚਕ ਖਾ ਗਿਆ ਸਾਰੀ ਸੈਲਫ ਤੋਂ ਚੱਕ ਕੇ ਤੇ ਹੁਣ ਆਪਾਂ ਰੱਖਣਾ ਬੜੀ ਦੇ ਵਿੱਚ ਬੈੱਡ ਸਮਾਨ ਸਾਡਾ ਸਮਾਨ ਅੱਜ ਕੀ ਸਿਰਫ ਇੰਨਾ ਕੀ ਆ ਆ ਬੈਗ ਤੇ ਆ ਬੈਗ ਤੇ ਉਹ ਕੱਪੜੇ ਮੰਮੀ ਲਈ ਗਿਫਟ ਆ ਉੱਚ ਤੁਸੀਂ ਸਾਰੇ ਜਣੇ ਨੇ ਕਮੈਂਟ ਕਰਕੇ ਦੱਸਣਾ ਵੀ ਉੱਚ ਕੀ ਆ ਕਿਹੜਾ ਗਿਫਟ ਆ ਬੜੀ ਨੂੰ ਪਤਾ ਲੱਗ ਗਿਆ ਵੀ ਇਹ ਕਿਤੇ ਚੱਲੇ ਆ ਕੱਟ ਨਾ ਜਾਣ ਇਸ ਕਰਕੇ ਮੋਰੇ ਜਾਣ ਲੱਗ ਪਿਆ ਸਾਡੇ ਬਾਹਰ ਧੁੱਪ ਅੱਜ ਬਹੁਤ ਸੋਹਣੀ ਆ ਅੱਜ ਮੌਸਮ ਵਧੀਆ ਆ ਪਹਿਲਾਂ ਚੜ ਜਾਂਦਾ ਸੀ ਹੁਣ ਇਹਨੂੰ ਭੁੱਲ ਗਿਆ ਚੜਨਾ ਇਹ ਵੀ ਮੈਂ ਤਾਂ ਅੱਜ ਦੇਖੀ ਤੂੰ ਇਹਦੇ ਵਿੱਚ ਨਹੀਂ ਸੀਗਾ ਕੁਛ ਡਿੱਗੀ ਤੇ ਟੱਪਣੀ ਸਟੁੱਪਣੀ ਵਾਰੀ ਵਾਲਾ ਟ੍ਰਿਪ ਸਾਡਾ ਜ਼ਿਆਦਾ ਲੰਬਾ ਨਹੀਂ ਅਸੀਂ ਬਸ ਜਾਣਾ ਮਗਰ ਮਗਰ ਸੋ ਇਸ ਕਰਕੇ ਅਸੀਂ ਚੱਲਿਆ ਤੁਸੀਂ ਸਾਰੇ ਜਣੇ ਅਰਦਾਸ ਕਰਨੀ ਆ ਸਰਤਾ ਦੀਆਂ ਦੁਆਵਾਂ ਦੀ ਬਹੁਤ ਜ਼ਿਆਦਾ ਲੋੜ ਆ ਉਹ ਵੀ ਆ ਇਹਦੇ ਵਿੱਚ ਕੜੀ ਆ ਕਿਉਂਕਿ ਰਾਤ ਨੂੰ ਮੰਮੀ ਹੁਣਾਂ ਨੇ ਜਾਣਾ ਆ ਮਹਿਕਦੀਪ ਕਹਿੰਦਾ ਵੇਹ ਪਕੌੜੇ ਮੰਮੀ ਹੁਣਾਂ ਦੇ ਲੈ ਜਾ ਬਸ ਕਰ ਮੈਂ ਨਹੀਂ ਬਹੁਤ ਕਹੀ ਜਾਂਦੀ ਆ ਦੁਆਵਾਂ ਚਲੋ ਚੱਲੀਏ ਹੁਣ ਬਾਹਰ ਮੈਂ ਚੱਲੀ ਮੈਂ ਛੱਡੀਆਂ ਆ ਦੀ ਮਹਿਕਦੀਪ ਕੇ ਸੁਣ ਲੈ ਗੱਲ ਜਵਾਨਾ ਵੇ ਇਸ ਵਾਰੀ ਨਹੀਂ ਸੁਣਨਾ ਮੈਂ ਕੋਈ ਹੋਰ ਬਹਾਨਾ ਵੇ ਕਾਦਾ ਫੋਕਾ ਮਾਣ ਕਰਾ ਤੇਰੀ ਸਰਦਾਰੀ ਤੇ ਵੇ ਮੈਂ ਨਹੀਂ ਆਉਣਾ ਜੇ ਨਾ ਆਇਆ ਲੈਣ ਸਾਈਕਲ ਤੇ ਮੈਂ ਔਕਾਤ ਦੇ ਹਿਸਾਬ ਨਾਲ ਬੋਲਦੀ ਹਾਂ ਡਰਾਈਵਰ ਸੀਟ ਤੇ ਬਹਿ ਜਾਂਦਾ ਆ ਗੱਡੀ ਇਹਨੇ ਚਲਾਉਣੀ ਆ ਗੱਡੀ ਚਲਾਉਣੀ ਜਿਵੇਂ ਪੁੱਤ ਨੇ हो गए तैयार यात्री गण कृपया ज्ञान ध्यान दे हमारा जहाज उड़ने के लिए तैयार है बड़ा भी बह गया साडा ते बेल्ट ला लो बड़ी दी बेल्ट लाते पहुंच गए ਅਸੀਂ ਜਾ ਬੜੀ ਨਾ ਅੱਧੇ ਨਾਲੋਂ ਜ਼ਿਆਦਾ ਚੀਜ਼ਾਂ ਸਾਡੀਆਂ ਘਰੇ ਰਹਿ ਗਈਆਂ ਤੇ ਅਸੀਂ ਦੁਬਾਰਾ ਫੇਰ ਆਏ ਮੈਂ ਕਿਹਾ ਸੀ ਵੀ ਕੜੀ ਵਾਲਾ ਡੋਲੀ ਚੱਕ ਲਾ ਡੋਲੂ ਦੀ ਚੱਕਿਆ ਕੜੀ ਵਾਲਾ ਤੇ ਦੋ ਚਾਰ ਚੀਜ਼ਾਂ ਉੱਦਾਂ ਵੀ ਰਹਿ ਗਈਆਂ ਸੀਗੀਆਂ ਕੀ ਬੋਲਣਾ ਚਾਹੁੰਦੇ ਆ ਜਿਹੜਾ ਇੰਨੀ ਐਮਰਜੈਂਸੀ ਚ ਮੇਰੀ ਸਨੈਪਚੈਟ ਮੈਂ ਕਹਿ ਰਿਹਾ ਥਾ ਏ ਪਹਿਲੀ ਗੱਲ ਪਹਿਲਾਂ ਪੂਰੀ ਐਨੀ ਸਨੈਪਚੈਟ ਮੈਂ ਜ਼ਰੂਰੀ ਕੰਮ ਕਰ ਰਹੀ ਸੀ ਤਾਂ ਮੇਰੀ ਸਨੈਪਚੈਟ ਕਟਾ ਕੇ ਤੁਸੀਂ ਕਿਹਾ ਵੀ ਕੈਮਰਾ ਆਨ ਕਰ ਬੋਲੋ ਨਿੱਕੇ ਹੁੰਦਾ ਮਾਸਟਰ ਸਕੂਲ ਮੈਂ ਤੰਗ ਕਰਾਂ ਇਹ ਖਰੜ ਚੌਂਕ ਮੇ ਬੈਠ ਕੇ ਟ੍ਰੈਫਿਕ ਕੋ ਤੰਗ ਕਰਾਂ ਇਹ ਬੜੇ ਹੋ ਗਏ ਤਾਂ ਤੰਗ ਕਰਾਂ ਮੈਂ ਪਵੰਦੀ ਬੋਲਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਤੇ ਮਤਲਬ ਉਦਾਂ ਚਲੋ ਵਿਚਾਰੇ ਸੰਘਰਸ਼ ਕਰ ਰਹੇ ਆਪਾਂ ਮਜ਼ਾਕ ਨਹੀਂ ਕਰਦੇ ਉਹ ਤਾਂ ਵੈਸੇ ਮਜ਼ਾਕ ਵਾਲੀ ਗੱਲ ਹੈ ਵੀ ਮਾਸਟਰ ਸਕੂਲ ਹੁਣ ਛੋਟੇ ਹੁੰਦੇ ਸਾਨੂੰ ਕੁੱਟਦੇ ਹੁੰਦੇ ਸੀਗੇ ਸਕੂਲਾਂ ਦੇ ਵਿੱਚ ਸਾਡੇ ਕੁੱਟ ਪੈਂਦੀ ਸੀਗੀ ਪੜ੍ਹਾਈ ਨਾ ਕਰਨ ਪਿੱਛੇ ਹੁਣ ਚਲੋ ਸਾਨੂੰ ਸੜਕਾਂ ਤੇ ਵਿਚਾਰਿਆਂ ਦਾ ਸੰਘਰਸ਼ ਦੇਖਣਾ ਪੈ ਰਿਹਾ ਤੇ ਵਧੀਆ ਗੱਲ ਆ ਆਪਣੇ ਹੱਕਾਂ ਦੇ ਲਈ ਆਵਾਜ਼ ਜ਼ਰੂਰ ਉਠਾਉਣੀ ਚਾਹੀਦੀ ਚੰਗੀ ਗੱਲ ਇਹ ਆ ਤੇ ਵੱਡੀ ਗੱਲ ਇਹ ਆ ਕਿ ਦੇਖੋ ਜਦੋਂ ਦੇਸ਼ ਦੇ ਮੈਂ ਪਹਿਲਾਂ ਵੀ ਕਹਿਣਾ ਹੁੰਦਾ ਵੀ ਦੇਸ਼ ਦੇ ਜਦੋਂ ਹਾਕਮ
ਕਹਿੰਦੇ ਹੁੰਦੇ ਨਾ ਬਾਬੇ ਨਾਨਕ ਨੇ ਜਦੋਂ ਕਿਹਾ ਸੀ ਨਾ ਵੀ ਰਾਜੇ ਸਿੰਹ ਮੁਕੱਦਮ ਕੁੱਤੇ, ਠੀਕ ਹੈ, ਜਦੋਂ ਰਾਜੇ ਸਿੰਹ ਹੋ ਜਾਣ ਤੇ ਮੁਕੱਦਮ ਕੁੱਤੇ ਹੋ ਜਾਣ, ਜਦੋਂ ਸਿਸਟਮ ਹੈ ਜਿਹੜਾ ਉਹ ਕੁੱਤਾ ਬਣ ਜਾਵੇ, ਫਿਰ ਜਿਹੜੇ ਆਮ ਲੋਕ ਹੈ ਜਿਹੜੇ ਸੰਘਰਸ਼ੀ ਲੋਕ ਆ ਉਹਨਾਂ ਦਾ ਜਿਉਣਾ ਸੰਘਰਸ਼ ਬਣ ਜਾਂਦਾ, ਵੀ ਹਾਂ ਸੰਘਰਸ਼ ਬਿਨਾਂ ਜਿਉਣਾ ਬਰਬਾਦ ਹੈ। ਸੋ ਆਸ ਕਰਦੇ ਹਾਂ ਵੀ ਸਰਕਾਰ ਕੋਈ ਚੰਗੀ ਆ ਜਾਵੇ ਤਾਂ ਚੱਲ ਸਾਡੇ ਲੋਕਾਂ ਦਾ ਭਲਾ ਹੋ ਜਾਵੇ, ਨਹੀਂ ਤਾਂ ਦੇਖ ਲਓ ਹੁਣ ਇੱਥੋਂ ਫਿਰ ਯੂ ਟਰਨ ਲੈਣਾ ਪੈਣਾ, ਸਾਨੂੰ ਕੋਈ ਰਾਹ ਕੱਢਣਾ ਪੈਣਾ। ਹੁਣ ਆਪਾਂ ਕਿਸੇ ਦਿਨ ਜੋ ਤਾਂ ਇੱਥੇ ਆਉਣਾ ਆ ਭਰਾਵਾ ਆਸਰਾ, ਸਰਤਾਜ ਦੇ ਗੀਤਾਂ 'ਚ ਦੇਖਿਆ ਨੀਗਾ ਨਿਆਸਰਿਆਂ ਲਈ ਤਾਂ ਬਹੁਤ ਗਾਣਿਆਂ ਦੀ ਸ਼ੂਟਿੰਗ ਵੀ ਹੁੰਦੀ ਹੋਈ ਆ ਇੱਥੇ। ਅਸੀਂ ਆਉਣਾ ਜ਼ਰੂਰ ਇਸੇ ਕਿਸੇ ਦਿਨ, ਪਰ ਆਵਾਂਗੇ ਜਿੱਦੇ ਸਾਡਾ ਮਤਲਬ ਟਾਈਮ ਲੱਗਿਆ ਵਾਹਵਾ, ਕਿਉਂਕਿ ਇੱਥੇ ਟਾਈਮ ਸਪੈਂਡ ਕਰਕੇ ਜਾਣਾ। ਇੱਕ ਆਪਾਂ ਜਾਣਾ ਆ ਅੰਮ੍ਰਿਤਸਰ ਪਿੰਗਲਵਾੜੇ, ਉੱਥੇ ਜ਼ਰੂਰ ਜਾਣਾ ਆ, ਕਿਉਂਕਿ ਇਹੋ ਜਿਹੀਆਂ ਥਾਵਾਂ 'ਤੇ ਜਾ ਕੇ ਤੁਹਾਨੂੰ ਜ਼ਿੰਦਗੀ ਦਾ ਅਹਿਸਾਸ ਹੁੰਦਾ ਕਿ ਜ਼ਿੰਦਗੀ ਕੀ ਹੈ, ਨਹੀਂ ਤਾਂ ਸਾਨੂੰ ਜ਼ਿੰਦਗੀ ਐਂ ਲੱਗਦੀ ਯਾਰ ਸਾਡੀ ਜ਼ਿੰਦਗੀ ਨਰਕ, ਬਸ ਆਏ ਹਾਂ ਸਾਡੀ ਨਰਕ ਆ ਜ਼ਿੰਦਗੀ ਸਾਡੀ, ਹਾਂ, ਪਰ ਇਹੋ ਜਿਹੀਆਂ ਥਾਵਾਂ 'ਤੇ ਸਾਨੂੰ ਪਤਾ ਲੱਗਦਾ ਵੀ ਸਾਡੀ ਜ਼ਿੰਦਗੀ ਕਿੰਨੀ ਚੰਗੀ ਆ, ਬਹੁਤ ਚੰਗੀ ਆ, ਔਰ ਪੋਜ਼ਿਟਿਵਿਟੀ ਇੰਨੀ ਮਿਲਦੀ ਹੈ ਬੰਦੇ ਨੂੰ। ਕਈ ਬੰਦਿਆਂ ਨੇ ਸਾਲ ਬਹੁਤ ਜ਼ਿਆਦਾ ਨਜ਼ਾਰੇ ਲਏ ਅਤੇ ਮੈਨੂੰ ਪਿੱਛੋਂ ਹਾਰਨ 'ਤੇ ਲੋਕ ਗਾਣਾ ਵੀ ਕੱਢ ਰਹੇ ਆ ਕਿਉਂਕਿ ਮੈਂ ਹੌਲੀ ਤੁਰ ਰਿਹਾ, ਅਤੇ ਪਰ ਹੁਣ ਜਦੋਂ ਆ ਲੱਗਦੀਆਂ ਨਾ ਲੈਣਾ ਆਏ ਹੈ ਚੀਕਾਂ ਹੀ ਪੈਂਦੀਆਂ। ਫਾਸਟੈਗ ਹਜੇ ਅਸੀਂ ਲਵਾਇਆ ਨਹੀਂ ਗਾ, ਸਾਨੂੰ ਤਾਂ ਕਰਕੇ ਕੈਸ਼ ਵਾਲੀ ਲੈਣ ਦੇ ਵਿੱਚ ਜਾਣਾ ਪੈ ਰਿਹਾ। ਆਹ ਚੀਜ਼ਾਂ ਦੇਖ ਕੇ ਦਿਲ ਖੁਸ਼ ਹੋ ਜਾਂਦਾ ਕਿ ਅੱਜ ਵੀ ਸਾਡੇ ਪੰਜਾਬ 'ਚ ਹਰ ਜਗ੍ਹਾ ਲੰਗਰ ਦੀ ਸੇਵਾ ਚੱਲਦੀ ਆਵੇ। ਲੱਸੀ ਲੱਗਦੀ ਆ ਮੈਨੂੰ, ਕੀ ਆ ਦੇਖਦਾ ਬੜਾ ਸਵਾਦ ਆ ਪ੍ਰਸ਼ਾਦ, ਗੰਨੇ ਦਾ ਰਸ ਆ ਨਾ, ਤੇ ਲੰਗਰ ਲੱਗਾ ਹੋਇਆ ਇੱਥੇ ਕਿਉਂਕਿ ਸ਼ਾਇਦ ਸ਼ਹੀਦੀ ਹਫ਼ਤਾ ਲੰਘ ਕੇ ਗਿਆ ਆ, ਉਸ ਕਰਕੇ ਹਜੇ ਵੀ ਲੰਗਰ ਲੱਗੇ ਹੋਏ ਆ। ਖਾਣ ਵਾਲੀ ਕੋਈ ਚੀਜ਼ ਆ ਗਈ, ਲਓ ਜੀ ਮਹਿਕਦੀਪ ਸਿੰਘ ਜੀ ਡੱਬੇ ਲੈ ਆਏ ਆ, ਮਿੱਠਾ ਖਾਓ ਮਿੱਠਾ ਬੋਲੋ ਜੀਵਨ ਮੇ ਅੰਮ੍ਰਿਤ ਰਸਗੋਲੋ, ਹੈ ਕੀ ਸੀਗਾ ਇਹਦੇ ਤੇ ਡੱਬੇ ਤੇ ਲਿਖਿਆ ਆ, ਮਿੱਠਾ ਖਾਓ ਮਿੱਠਾ ਬੋਲੋ ਤੇ ਜੀਵਨ ਮੇ ਅੰਮ੍ਰਿਤ ਰਸਗੋਲੋ। ਹਾਂ ਤੇ ਆਪਾਂ ਹੁਣ ਪਹੁੰਚ ਚੁੱਕੇ ਆ ਆਲਮੋਸਟ, ਹਾਏ ਮਹਿਕਦੀਪ ਛੇਤੀ ਚਲਾ, ਛੇਤੀ ਛੇਤੀ ਪਹੁੰਚ ਗਏ। ਤੇ ਮੰਮੀ ਹੁਣਾਂ ਨੇ ਕੀ ਮੰਗਾ ਕੇ ਰੱਖਿਆ ਆ, ਸਮੋਸੇ ਸਮੋਸੇ ਚਿਕਲੀ ਚਕੜੀ ਕੀ ਸੀ ਖਾਖੜਾ ਖਾਖੜਾ ਕੀ ਹੁੰਦਾ ਮੈਨੂੰ ਇਹ ਨਹੀਂ ਸਮਝ ਯਾਰ, ਖਾਖੜਾ ਡਿਸ਼ ਹੀ ਆ ਕੋਈ, ਖਾਖੜਾ ਡਿਸ਼ ਕਿੱਥੋਂ ਦੀ ਹੈ? ਕਪਿਲ ਸ਼ਰਮਾ ਕਹਿੰਦਾ ਹੁੰਦਾ ਮੈਂ ਖਾਖੜਾ ਖਾਇਆ, ਕਪਿਲ ਸ਼ਰਮਾ ਨੇ ਕੀ ਆਖਣਾ ਹੈ, ਕਪਿਲ ਸ਼ਰਮਾ ਕਪਿਲ ਸ਼ਰਮਾ ਹੈ ਬੱਬਾ ਦੇ ਕੋਲ ਗਏ ਇਹਦੀਆਂ, ਇਹ ਸਹੇਲੀ ਆ ਮੇਰੀ ਬਚਪਨ ਦੀ, ਮੂਲ ਕੋਲਣਾ ਭਰ ਉਹਨਾਂ ਨੇ ਸਮੋਸੇ ਸਮੋਸੇ ਖਵਾ ਕੇ ਕਹਿੰਦੇ ਵੀ ਜਾਓ ਹੁਣ ਘਰ ਨੂੰ, ਅਸੀਂ ਘਰ ਨੂੰ ਵਾਪਸ ਨਹੀਂ ਚੱਲੇ। ਜੋ ਦਾ ਅਸਲੀ ਪਿੰਡ ਕਿਹੜਾ ਹੈ? ਜੋ ਪਿੰਡ ਕਿਹੜਾ? ਕਚਰਾ ਹੋ ਕਰਾਟੋ 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 ਕਹਿੰਦੀ ਹਾਂ, ਆਹੋ ਮੱਠੀ ਦੀ ਆ ਕੁੱਤੇ ਖੁਸ਼ੀ ਭਰਿਆ ਆਖਰੀ ਪਿੰਡ
ਨਹੀਂ ਨਹੀਂ ਮਤਲਬ ਲਾਸਟ ਪਿੰਡ ਲਾਸਟ ਨਹੀਂ ਜੱਦੀ ਜੱਦੀ ਪਿੰਡ ਜਿੱਥੇ ਹਾਂ ਜਿੱਥੇ ਮਤਲਬ ਸਾਰਾ ਟੱਬਰ ਇੱਥੇ ਰਹਿੰਦਾ ਸੀਗਾ ਤੇ ਮੰਮੀ ਹੁਣਾਂ ਤੋਂ ਵਿਆਹ ਤੋਂ ਪਹਿਲਾਂ ਤੇ ਗਏ ਹੋਏ ਆ ਨਾ ਤੇ ਡੈਡੀ ਮਾਂ ਜਨਮ ਉੱਥੇ ਦਾ ਆ ਮੰਡੀ ਦਾ ਫੇਰ ਤੋਂ ਬਾਲੇ ਪੁਰਾਣੇ ਗਏ ਹੋਏ ਆ ਤੇ ਪਰ ਇਹ ਕਰਾਟੋ ਪਿੰਡ ਹੈਗਾ ਕਿੱਥੇ ਆ ਇਹ ਨਵਾਂ ਘਟਾਰੋਂ ਘਟਾਰੋਂ ਇੱਥੇ ਆ ਸਾਡੇ क्यों लड़ी जाने दोनों जाने कपड़े नी धोने सेवा हो रही है पूरी रात दे 11 बजे असी जान लगे हां वापस सानू बहुत जाने फैन भी टक्कर सानू बहुत जाने साडे फैन सारे मिले ते रिश्तेदारां नू मिल के वधिया लग्या मैं पहली बार ही आया सी ब्याह तो बाद ना हां पहली बार ही आया सीगा ब्याह तो बाद भी उद्दा भी ताई जी ने हां ते मैं पहली बार ही आया सीगा ते पूरी वधिया होई सेवा ਤੇ ਉੱਧਰ ਉੱਧਰ ਮੰਮੀ ਉੱਧਰ ਇੱਧਰ ਦੀ ਨਹੀਂ ਮੰਮੀ ਦੇਖੋ ਮੰਮੀ ਮਸਾ ਲੈ ਉੱਪਰ ਦੀ ਉੱਪਰ ਦੀ ਇਹ ਹੁਣ ਬੈਠਣ ਵਿੱਚ ਮੰਮੀ ਨੇ ਉੱਧਰ ਦੀ ਤੋਰਤਾ ਰਜਾ ਨਾ ਮਾਰ ਲਿਆ ਇਹ ਪੇਕੇ ਆ ਗਿਆ ਐ ਕਦੇ ਕਰਨ ਲੱਗ ਜੇ ਨਹੀਂ ਜੋ ਤੂੰ ਕੀ ਉੱਥੇ ਮੇਰਾ ਲਾਉ ਪੀਤਾ ਮੈਂ ਖੱਪੜ ਖਾ ਹਾਂਜੀ ਗਾਈਸ ਆਪਾਂ ਆ ਗਏ ਘਰੇ ਤੇ ਠੰਡ ਹੋ ਗਈ ਬਹੁਤ ਰਾਤ ਦੇ 12 ਵਜ ਗਏ ਮੰਮੀ ਆ ਗਿਆ ਮਗਰ ਮੰਮੀ ਆ ਗਿਆ ਮਗਰ ਮਾਰ ਨਹੀਂ ਜਾ ਮੇਰੇ बड़ी ने दरवाजा देखो रंग लाया पया हाँ जी ते आपा ब्लॉग दा करदे एंड मिलदे नवे ब्लॉग दे नाल चैनल कर लो सबसक्राइब लाइक कमेंट करके जरूर दस्सो जो दा पिंड तां दिखाया नहीं पर पिंड इन्हां दा जद्दी हैगा घरा घटारों जिला नवांशहर तहसील जिला नवांशहर तहसील बंगा हाँ जी मिलते नवे ब्लॉग के नाल ते जोत कहनी भी कल ही एंड करते मिलते नवे ब्लॉग के नाल।